हाँ जी दोस्तों, जो तुम भी लेनी चाहते हो घोड़ियाँ, तुम भी घोड़ियों के शौकी, तो आह वीडियो तुहाडे वास्ते बहुत काम की है, क्योंकि आह वीडियो विच तुहानू एक बछेरी वार दिखावांगे जिहड़ी के बिकाऊ हैगी, है ना। तो किसी ने भी लेनी चाहुंदा गा तो नंबर भी देवांगे, उहदे ते संपर्क करके गल करके ले आ सकदा है। आज कराने आगे गलबात, घोड़ी जमा एक नंबर च हैगा, बछेरी हैगी। सत श्री अकाल जी। सत श्री अकाल, वाहिगुरु जी का खालसा वाहिगुरु जी की फतेह। बिकाऊ है जी घोड़ी? हाँ जी हाँ जी हाँ जी। मुल करिए कि दान ताजा किन्ने तक दी है जी? 2 लाख रुपया आप मांगते हैं, डिमांड भी 2 लाख रुपया। हूं लोग कम नहीं है मंगी, चलो 15 लाख मंग लू मैं नसल दी है, जे अगला पालूगा बनाऊ फिर बनू भी 15 लाख।58-59 दे लगभग, फिर ए भी चाल बड़ा सोहना, बहुत ज्यादा गर्म है। घोड़ी देख सकते हो तुसीं, पूरी सील है जिवें आ देखो बच्चा तुरिया फिरदा, है ना मंगर, कोई दिक्कत ही नहीं हैगी 1%। देख लो नवा पूरी एन सील हैगी, भावें दी बच्चे नूं ਕੋਲੇ ਫਿਰਦੇ ਰਹਿਣ, ਹੈ ਨਾ। ਕਿਉਂਕਿ ਬਾਈ ਜੀ ਕਈ ਘੋੜੀਆਂ ਹੁੰਦੀਆਂ ਨੇਗੀਆਂ, ਮਤਲਬ ਕੌੜ ਹੁੰਦੀਆਂ ਨੇ, ਉਹ ਲਵੇ ਨਹੀਂ ਲੱਗਣ ਦਿੰਦੀਆਂ ਕਿਸੇ ਨੂੰ, ਦਲੱਤੇ ਮਾਰਦੀਆਂ। ਆਹ ਦੇਖ ਲਓ, ਲੈ ਦੇਖ ਲਓ, ਨਹੀਂ ਐਂ ਘੋੜੀ ਕੋਈ ਵੀ ਪੈਰਾਂ ਤੇ, ਹੈ ਨਾ, ਆਪਦੇ ਹੱਥ ਲਵਾਉਂਦੀ ਨਹੀਂ ਹੈਗੀ, ਤੁਸੀਂ ਦੇਖ ਸਕਦੇ ਹੋਗੇ। ਜੇ ਕਿਸੇ ਨੇ ਲੈਣੀ ਹੈਗੀ ਤਾਂ ਉਹ ਸੰਪਰਕ ਕਰ ਸਕਦਾ ਗਾ। ਕਿਵੇਂ ਜੀ? ਕੋਈ ਚੰਗਾ ਸਾਹਮਣ ਵਾਲਾ ਬੰਦਾ ਹੋਵੇ ਉਹਨੂੰ ਦੇਵਾਂਗੇ, ਆਮ ਵੀ ਆਪਾਂ ਵੀ ਐਡੇ ਉਹ ਨਹੀਂ। ਅੱਛਾ, ਵੀ ਉਹ ਸਿੱਟਣੀ ਦੇਖ, ਕੋਈ ਸ਼ੌਂਕੀਆ ਬੰਦਾ ਹੋਵੇ ਸਾਹਮਣੇ, ਚੀਜ਼ ਬਣਨ ਵਾਲੀ ਹੈ, ਯਾਦ ਕਰੂਗਾ ਬੰਦਾ ਜਿਹਨੂੰ ਦੇਤੀ। बस घोड़ी उन्होंने देनी है भी जो शौक नाल पालूगा, ठीक है। तो नंबर मैं इतने स्क्रीन पर लिख दूंगा, पिंड बामण वाले खड़ी हैगी, ये फतेहाबाद जिला है, तो हरियाणा के बार्डर से पै जाता, हरियाणा के पंजाब के बार्डर से पिंड। तो जे किसी ने भी लैनी हुई तो मैं इतने नीचे नंबर लिख दूंगा, तुम इन्हों से संपर्क करके गल करके आ सकते हो, तो बछेरी चैक करके ले आ सकते हो, है ना। पूरी सील हैगी, बिल्कुल मत्थे दी आ रही ਉੱਚੀਆਂ ਭੌਰੀਆਂ, ਕੋਈ ਇਹਨੇ ਭੌਰੀ ਨਹੀਂ, ਇੱਕ ਭੌਰੀ ਤੋਂ ਬਿਨਾਂ ਨਾ ਅਸੀਂ ਵਿਧੀਏ ਭੌਰੀਆਂ ਨੂੰ ਦੇਖ। ਭਾਗ ਬਹੁਤ ਚੰਗਾ, ਇਸ ਤਾਂ ਬਸ ਠੀਕ ਹੈ, ਹੁਣ ਮਜ਼ਬੂਰੀ 'ਚ ਵੇਚਿਆ, ਪਸ਼ੂ ਵੱਧ ਰਹੇ, ਸਮਝਦੇ ਨਹੀਂ ਮੈਂ, ਠੀਕ ਹੈ, ਤਾਂ ਕਰ ਘੋੜਾ ਖੜਾ ਅੰਦਰ ਦੇਖ। ਅਤੇ ਕਹਿੰਦੀ ਮਾਂ ਹੋ ਗਈ, ਮਾਂ ਤਾਂ ਆਪਾਂ ਵੇਚਣੀ ਵੀ, ਚੱਲ ਬੱਚਾ ਵੇਚਦੇ ਹਾਂ, ਦੁਬਾਰੇ ਸੂਪ ਹੋ ਗਈ। ਇਹ ਸ਼ੌਂਕੀ ਆ ਬੰਦਾ ਲੈ ਜੇ ਕੋਈ ਚੀਜ਼ ਹੈ, ਇੱਕ ਯਾਦ ਕਰੂ ਆਪਾਂ। ਅਤੇ ਸ਼ੌਂਕੀ ਉਹਨੇ ਵੇਚਣੀ ਆ, ਬਸ ਆਖਰੀ ਵਾਰ ਇਹੀ ਗੱਲ ਕਹਿੰਦੇ ਹਾਂਗੇ। ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜਿੰਨੇ ਵੀ ਘੋੜੀਆਂ ਦੇ ਸ਼ੌਂਕੀ ਨੇ, ਤਾਂ ਕਿ ਕਿਸੇ ਨੂੰ ਮਿਲ ਸਕੇ, ਹੈ ਨਾ। ਤੇ ਵੇਚਣੀ ਹੈਗੀ ਆਪਾਂ ਨੇ ਫੇਰ ਉਸੇ ਨੂੰ ਵੀ ਜਿਹੜਾ ਸ਼ੌਂਕ ਨਾਲ ਰੱਖੂਗਾ। ਹੁਣ ਦੁੱਧੋਂ ਹੁਣ ਇਹ ਦੁੱਧੋਂ ਹੁਣ ਚੜਾਈਏ, ਹੁਣ ਮਾੜਾ ਗਰਮੀ ਕਰਕੇ ਨਾ ਇਹ ਮਾੜੀ ਲੱਸੀ ਵੀ ਪੈ ਗਈ। ਬਾਕੀ ਦੇਖ ਕੇ ਤੁਸੀਂ ਲਿਜਾ ਸਕਦੇ ਹੋ, ਪੂਰੀ ਸੀਲ ਹੈਗੀ। ਤੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਵੀਡੀਓ ਨੂੰ ਕਰ ਦਿਓ ਸ਼ੇਅਰ, ਤਾਂ ਕਿ ਕਿਸੇ ਲੋੜਵੰਦ ਤੱਕ ਇਹ ਵੀਡੀਓ ਪਹੁੰਚ ਸਕੇ, ਤੇ ਉਹ ਲੈ ਸਕਦਾ ਹੈਗਾ ਜਿਹੜੇ ਨੂੰ ਸ਼ੌਂਕ ਹੈ ਇਸ ਚੀਜ਼ ਦਾ।